बड़ी बुरी सूरत हाल होई खली, बड़ी बुरी सूरत हाल होई खली। हर मोटर नहीं चल सकती सोलर के ऊपर, हर मोटर सोलर उत्तर रिजल्ट नहीं दे सकती। 22 लाख रुपया साल का बिल हम लोग भरी रखे हाँ। ना एक पैसा हमने कमाल कर दी है, 60 प्लेटा ला के टरबाइन केड़ी परफॉर्म कर दी उत्ते मोटर वाली या मर्सिबल ਤਜੋਜ ਦੀ ਕਾਲ ਦਿੱਤੀ ਇਹ ਇੱਕ ਬੰਦਾ ਨਹੀਂ ਆਪਣੇ ਆਖੇ ਨਹੀਂ ਕੋਈ ਨਹੀਂ ਆਇਆ ਸਾਡੇ ਕੋਈ ਨਹੀਂ ਆਖੇ ਆਇਆ ਆਪਣੇ ਸਾਡੇ ਆਖਣ ਤੇ ਇੱਕ ਬੰਦਾ ਨਹੀਂ ਜੀ ਆਇਆ ਬਹੁਤ ਯੂਨਿਟ ਮਹਿੰਗਾ ਹੋ ਗਿਆ ਪਿਆ ਜ਼ਿਮੀਦਾਰ ਦਾ ਬੁਰਾ ਹਾਲ ਹੈ ਪਿਆ ਵਿਊਵਰ ਅਸਲਾਮੁ ਅਲੈਕੁਮ ਵਿਊਵਰ ਟਰਪਾਈਨ ਲੱਗ ਰਹੀ ਹੈ ਮਰਸੀਬਲ ਨਹੀਂ ਬਾਈ ਸ਼ਮਸੁਲਖ ਚੌਧਰੀ ਦੀ ਇਹਦੇ ਉੱਪਰ ਅਸੀਂ ਲਗਾ ਰਹੇ ਹਾਂ ਸੋਲਰ ਵੀ ਸੋਲਰ ਸਮੇਤ ਇਹਦੇ ਉੱਤੇ ਕਿੰਨੀ ਲਾਗਤ ਆ ਰਹੀ ਹੈ ਤੁਹਾਡੇ ਨਾਲ ਟੋਟਲ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ ਅਲੈਕੁਮ ਦੋਸਤੋ ਅੱਜ ਤੁਹਾਨੂੰ ਇਨਫੋਰਮੇਸ਼ਨ ਦੇਣੀ ਆ ਟਰਬਾਈਨ ਦੀ ਟਰਬਾਈਨ ਲੱਗ ਰਹੀ ਹੈ ਬਾਈ ਸ਼ਮਸੁਲਖ ਚੌਧਰੀ ਦੀ ਲਾ ਰਹੇ ਨੇ ਕ੍ਰੀਸੈਂਟ ਵਾਲੇ ਇਸੇ ਤਰੀਕੇ ਦੀ ਬਿਹਾੜੀ ਤੋਂ ਬਿਹਾੜੀ ਤੋਂ ਠੀਕ ਹੈ ਇਹ ਕਿਸੇ ਤਰਫ ਤੇ ਮੁਤਾਜ ਨਹੀਂ ਬੜਾ ਅੱਛਾ ਕੰਮ ਕਰਦੇ ਆ ਮੈਂ ਭਾਈ ਉਹਨਾਂ ਨਾਲ ਗੱਲ ਕਰਾਂਗਾ ਇਨਸ਼ਾਅੱਲਾ ਮੈਂ ਤੁਹਾਨੂੰ ਉਹ ਵੀ ਦਿਖਾਵਾਂਗਾ ਭਾਈ ਅੱਲਾ ਦਾ ਲੰਗੜਿਆਲ ਮੌਜੂਦ ਨੇ ਆਪਾਂ ਨੂੰ ਮੋਟੀ ਮੋਟੀ ਇਨਫੋਰਮੇਸ਼ਨ ਜਿਹੜੀ ਉਹ ਪਹਿਲੇ ਇਹ ਸ਼ੇਅਰ ਕਰਨਗੇ ਅੱਲਾ ਜੀ ਦਾ ਸਭ ਕੀ ਹਾਲ ਹੈ ਖੈਰੀਅਤ ਹੈ ਠੀਕ ਠਾਕ ਸੋਹਣਿਓ ਪਹਿਲੇ ਤਾਂ ਇਹ ਦੱਸੋ ਵੀ ਇਹ ਬੋਰ ਕਿੰਨੇ ਫੁੱਟ ਹੋ ਰਿਹਾ ਹੈ ਇਹ ਜੀ 400 ਫੁੱਟ ਕਰਾਇਆ ਜੀ ਇਹਦੇ ਵਿੱਚ ਇਹ ਮਰਸੀਬਲ ਹੈ ਜਾਂ ਉੱਤੇ ਮੋਟਰ ਵਾਲੀ ਇਹ ਮਰਸੀਬਲ ਹੈ ਤੇ ਮਰਸੀਬਲ ਜਿਹੜਾ ਕਿੰਨੇ ਫੁੱਟ ਥੱਲੇ ਹੋਊਗਾ ਇਹ 11 ਪੈਪ ਪੈਣਗੇ 100 ਤੇ 10 ਫੁੱਟ 10 ਫੁੱਟ ਦੀ ਇੱਕ ਲੈਂਥ ਹੁੰਦੀ 11 ਪੈਪ ਪੈਣਗੇ ਹਾਂਜੀ 100 ਤੇ 10 ਫੁੱਟ ਤੋਂ ਬਾਅਦ ਥੱਲੇ ਤੁਹਾਡਾ ਮਰਸੀਬਲ ਹੋਊਗਾ ਮੋਟਰ ਹੋਊ ਹਾਂਜੀ ਠੀਕ ਹੈ ਇਹਦੇ ਤੇ ਤਕਰੀਬਨ ਕਿੰਨਾ ਖਰਚਾ ਆ ਗਿਆ ਤੁਹਾਡਾ ਇਹਦਾ ਤਕਰੀਬਨ ਇਹਦਾ ਖਰਚਾ ਆ ਗਿਆ 18 ਲੱਖ ਰੁਪਏ 18.5 ਲੱਖ 18.5 ਲੱਖ ਤਕਰੀਬਨ ਆ ਇਤਨਾ ਐਸਟੀਮੇਟਡ ਹੋਊਗਾ ਜੀ ਜਿੰਨੀ ਜਿਹੜੀ ਅੱਛਾ ਮਟੀਰੀਅਲ ਹੈ ਐਸਟੀਮੇਟਡ ਹੋਊਗੀ ਅੱਛੇ ਮਟੀਰੀਅਲ ਆ ਇਹ ਫਾਈਬਰ ਦਾ ਹੈ ਪਿਆ ਦੂਸਰਾ ਫਿਲਟਰ ਸਹੀ ਹੈ ਤੇ ਪੀਵੀਸੀ ਦਾ ਹੈ ਪਿਆ ਉਤਲਾ ਜਿਹੜਾ ਬੰਦ ਹੈ ਪਿਆ ਸਹੀ ਹੈ 182 180 ਹੈ ਪਿਆ ਪੀਵੀਸੀ ਸਹੀ ਹੈ ਤੇ ਬਾਕੀ ਫਾਈਬਰ ਹੈ ਪਿਆ ਅੱਛਾ ਇਹ ਆਪਾਂ ਸੋਲਰ ਤੇ ਲਾ ਰਹੇ ਨੇ ਚੋਰ ਸਾਹਿਬ ਨੇ ਸੋਲਰ ਤੇ ਹਾਂ ਸੋਲਰ ਦਾ ਕਿੰਨਾ ਖਰਚਾ ਇਹਦੇ ਉੱਤੇ ਆਏਗਾ ਇਹ ਤਕਰੀਬਨ 25 ਤੋਂ 30 ਲੱਖ ਦੇ ਵਿੱਚ ਹਰ ਸ਼ੈ ਓਕੇ ਤਾਰਾਂ ਤੂਰਾਂ ਇਹ ਉਹ ਵਗੈਰਾ ਵਗੈਰਾ ਸਾਰਾ ਕੁਝ ਓਕੇ ਹਾਂਜੀ ਅੱਛਾ ਜੀ ਇਸ ਟਾਈਮ ਮੌਜੂਦਾ ਜਦੋਂ ਤੁਸੀਂ ਵੀਡੀਓ ਦੇਖ ਰਹੇ ਹੋ ਐਸਟੀਮੇਟਡ ਤਕਰੀਬਨ ਇਹ ਵੀ ਰੇਟ ਹੋਊਗਾ ਇੱਕ ਅੰਦਾਜ਼ੇ ਦੇ ਮੁਤਾਬਕ ਤਕਰੀਬਨ 55 ਰੁਪਏ ਪਰ ਵਾਟ ਆ ਜਿੰਕੋ ਐਂਡ ਟੈਪ ਲੈ ਲਓ ਲੌਂਜੀ ਲੈ ਲਓ ਇਸ ਤਰ੍ਹਾਂ ਦੇ ਦੂਸਰੇ ਪੈਨਲ ਨੇ ਜਿਹੜੇ ਅੱਛੇ ਇੰਪੋਰਟ ਨੇ 52 ਰੁਪਏ ਭਾਈ ਹੋਰ ਮੈਨੂੰ ਦੱਸਿਆ ਪਿਆ ਰੇਟ ਘਟ ਗਿਆ ਰੇਟ ਘਟ ਗਿਆ ਜੀ 52 ਰੁਪਏ ਤੱਕ ਜੀ ਮਿਲ ਰਿਹਾ ਇਸ ਟਾਈਮ ਤੇ ਕੁਝ ਲੋਕ ਪ੍ਰੀ ਬੁਕਿੰਗ ਵਾਲੇ ਵੀ ਸੀਗੇ ਉਹ 50-52 ਵਾਲੇ ਉਹ ਵੀ ਇੰਨੇ ਕਿਤੇ ਤੁਰੇ ਫਿਰਦੇ ਨੇ ਐਡਵਾਂਸ ਪੈਸੇ ਦੇ ਕੇ ਵੀ ਹਾਂਜੀ ਤਕਰੀਬਨ 20 ਲੱਖ ਦੇ ਉੱਤੇ ਥੱਲੇ ਪਲੇਟਾਂ ਹੁੰਦੀਆਂ ਜੀ ਇੱਕ ਅੰਦਾਜ਼ੇ ਦੇ ਮੁਤਾਬਕ ਤੇ 6 ਲੱਖ ਦੇ ਕਰੀਬ ਤਕਰੀਬਨ ਹੁੰਦੇ ਨੇ ਇਹਦੇ ਸਟੈਂਡ ਹੁੰਦੇ ਨੇ 1.5 ਲੱਖ ਦੇ ਉੱਪਰ ਨੀਚੇ ਜਿਹੜਾ ਇਹਦਾ ਉਹ ਸਟਾਰਟਰ ਮੋਟਰ ਹੁੰਦਾ ਹੈ ਕੇਬਲਾਂ ਦੀਗਰ ਲਵਾਜ਼ਮਾਤ ਆਉਣਾ ਜਾਣਾ ਮਜ਼ਦੂਰੀਆਂ ਵਿੱਚ ਪਾ ਲਓ ਤੇ 30 ਲੱਖ ਦੇ ਥੱਲੇ ਥੱਲੇ ਲੱਖ ਤਕਰੀਬਨ ਤਾਂ ਇਸ ਬਜਟ ਦੇ ਵਿੱਚ ਤੁਸੀਂ ਜਿਹੜੀ ਆ ਟਰਬਾਈਨ 6 ਦੀ ਇਹ 6 ਦੀ ਹੈ ਜੀ ਹਾਂ 6 ਦੀ ਹੈ ਇਹ 6 ਦੀ ਮੋਟਰ ਤੁਸੀਂ ਜਿਹੜੀ ਆ ਇੰਨੇ ਕੁ ਬਜਟ ਦੇ ਵਿੱਚ ਚਲਾ ਸਕਦੇ ਆ ਠੀਕ ਹੈ ਜੀ ਅੱਲਾ ਦਾ ਭਾਈ ਇੰਜ ਗੱਲ ਮਜ਼ੀਦ ਜਦੋਂ ਇਹ ਲੱਗ ਜਾਏਗੀ ਪ੍ਰੋਪਰ ਤੁਹਾਨੂੰ ਪੂਰੀ ਇਨਫੋਰਮੇਸ਼ਨ ਦੇ ਦਾਂਗੇ ਟਰਪਾਈਨ ਦਾ ਖਰਚਾ ਇਸ ਤੋਂ ਅਲੱਗ ਹੋਊਗਾ ਜ਼ਿਮੀਦਾਰਾਂ ਦੇ ਹਾਲ ਦੀ ਘੜੀ ਇਹ ਪੋਜੀਸ਼ਨਾਂ ਤਾਂ ਨਹੀਂ ਆ ਕਿ ਹਰ ਬੰਦਾ ਹੀ ਨਵੀਂ ਟਰਪਾਈਨ ਪਹਿਲੇ ਲਗਾਵੇ ਤੇ ਉਹਦੇ ਉੱਤੇ ਦੁਬਾਰਾ ਸੋਲਰ ਵੀ ਲਵਾਵੇ ਚੌਰੀ ਸਾਹਿਬ ਕੋ ਮੇਰੇ ਖਿਆਲ ਬਿਜਲੀ ਵਾਲੀਆਂ ਦੋ ਟਰਪਾਈਨਾਂ ਹੈ ਨੇ ਹਾਂ ਪਹਿਲੇ ਹੈ ਨੇ ਭਈਆਂ ਦੋ ਟਰਪਾਈਨ ਉਹ ਵੀ ਹੈ ਨੇ ਇਹਨਾਂ ਨੇ ਇਹਦੇ ਉੱਤੇ ਮੇਰਾ ਖਿਆਲ ਆ ਕਿ ਇਹਦੇ ਉੱਤੇ ਸਿਰਫ ਸੋਲਰ ਹੀ ਲੱਗਣਾ ਹਾਂ ਕੱਲਾ ਸੋਲਰ ਐਸੇ ਬਿਜਲੀ ਕੋਈ ਨਹੀਂ ਆਈ ਭਈ ਬਿਜਲੀ ਕੋਈ ਨਹੀਂ ਨਹੀਂ ਸਹੀ ਹੈ ਜੀ ਬਾਈ ਅਫਜ਼ਾਲ ਸਾਹਿਬ ਮੌਜੂਦ ਨੇ ਕ੍ਰੀਸੈਂਟ ਇਲੈਕਟ੍ਰਿਕ ਤੋਂ ਇਹਨਾਂ ਦੇ ਨਾਲੋਂ ਇਹਨਾਂ ਕੋਲੋਂ ਮੈਂ ਇਨਫੋਰਮੇਸ਼ਨ ਪੂਰੀ ਲਵਾਂਗਾ ਟਰਪਾਈਨ ਦੇ ਮੁਤਲਕ ਇਹ ਲਗਾਉਂਦੇ ਨੇ ਅਸਲਾਮੁਅਲੈਕੁਮ ਭੈਣ ਵਾਲੇਕੁਮ ਸਲਾਮ ਜੀ ਭੈਣ ਟਰਪਾਈਨ ਨੂੰ ਲੈ ਕੇ ਕੁਝ ਚੀਜ਼ਾਂ ਤਾਂ ਅਸੀਂ ਦੱਸੀਆਂ ਨੇ ਅੱਗੇ ਕੁਝ ਜਿਹੜਾ ਤੁਹਾਡੇ ਕੰਮ ਦੇ ਹਵਾਲੇ ਨਾਲ ਤੁਸੀਂ ਦੱਸੋ ਸਰ ਚੋਈ ਸਾਹਿਬ ਬੁਆ ਰਹੇ ਨੇ ਚੋਈ ਸ਼ਮਸੁਲਖ ਸਾਹਿਬ ਹਾਂਜੀ ਇਹ ਇਸ ਟਾਈਮ ਜਿਹੜਾ ਲੱਗਣਾ ਸਭ ਤੋਂ ਅੱਛਾ ਨਾ ਇਹਨਾਂ ਨੇ ਮਟੀਰੀਅਲ ਚੂਜ਼ ਕੀਤਾ ਵਾ ਸਹੀ ਹੈ ਟਰਪਾਈਨ ਲਗਾਉਣ ਦੇ ਵਿੱਚ ਨਾ ਸਭ ਤੋਂ ਅੱਛਾ ਮਟੀਰੀਅਲ ਇਹਨਾਂ ਚੂਜ਼ ਕੀਤਾ ਵਾ ਹਾਂਜੀ ਤੇ ਇਦਾਂ ਦਾ ਜਿਹੜਾ ਮਟੀਰੀਅਲ ਨਾ ਹਰ ਜ਼ਿੰਮੇਦਾਰ ਅਫੋਰਡ ਨਹੀਂ ਕਰਦਾ ਜਿਹੜਾ ਚੋਈ ਸ਼ਮਸੁਲਖ ਸਾਹਿਬ ਨੇ ਅਫੋਰਡ ਕੀਤਾ ਨਾ ਥੱਲੇ ਫਾਈਬਰ ਪਵਾਇਆ ਵਾ ਉੱਪਰ ਉਹਨਾਂ ਨੇ 14 ਇੰਚ ਦੀ ਕੇਸਿੰਗ ਪਵਾਈ ਆ ਇੱਕ ਤੇ ਹਰ ਬੰਦੇ ਦਾ ਬਜਟ ਇੰਨਾ ਨਹੀਂ ਹੁੰਦਾ ਕਿ ਇੰਨਾ ਚੋਈ ਸ਼ਮਸੁਲਖ ਸਾਹਿਬ ਜਿੰਨਾ ਬਜਟ ਲਾ ਕੇ ਨਾ ਆਪਣੀ ਟਰਬਾਈਨ ਲਗਵਾ ਸਕਣ ਜ਼ਿਆਦਾ ਜਿਹੜੇ ਜ਼ਿੰਮੀਦਾਰ ਹਜ਼ਰਾਤ ਸਾਡੇ ਕੋਲ ਜਾਂਦੇ ਨੇ ਉਹਨਾਂ ਦਾ ਬਜਟ ਇਹ ਹੁੰਦਾ 12 ਲੱਖ 13 ਲੱਖ 14 ਲੱਖ ਦੇ ਰਾਊਂਡ ਬਾਊਂਡ ਕਿਉਂਕਿ ਚੋਈ ਸਾਹਿਬ ਦੀ ਜਿਹੜੀ ਐਸਐਮ ਜਿਹੜੀ ਆਈ ਨਾ ਇਕੱਲੀ ਟਰਬਾਈਨ ਦਾ 400 ਫੁੱਟ ਬੋਰ ਆ ਥੱਲੇ ਫਾਈਬਰ ਦਾ ਫਿਲਟਰ 8 ਇੰਚੀ ਦਾ 140 ਫੁੱਟ ਸਹੀ ਫਿਰ ਉਸ ਤੋਂ ਉੱਪਰ ਫਿਰ 8 ਇੰਚੀ ਦਾ ਪੀਵੀਸੀ ਹੈਗਾ 91 ਫੁੱਟ ਉਸ ਤੋਂ ਬਾਅਦ ਹੈਗਾ 14 ਇੰਚੀ ਦਾ ਡੀ ਕਲਾਸ ਇਹਨਾਂ ਨੇ ਮਾਲ ਪਾਇਆ ਵਾ ਉਹ ਹੈਗਾ 182 ਫੁੱਟ ਠੀਕ ਹੋ ਗਿਆ ਉਸ ਤੋਂ ਬਾਅਦ ਚੋਈ ਸਾਹਿਬ ਨੇ ਫਿਰ ਕੋਮੈਕਸ ਕੰਪਨੀ ਦੀ ਮੋਟਰ ਲਈ 40 ਹਾਰਸ ਪਾਵਰ ਦੀ ਕੋਮੈਕਸ ਕੰਪਨੀ ਦਾ ਹੀ ਪੰਪ ਚੋਈ ਸਾਹਿਬ ਨੇ ਚੂਜ਼ ਕੀਤਾ ਵਾ ਇਹਦੇ ਵਾਸਤੇ ਅਤੇ ਉਸ ਤੋਂ ਬਾਅਦ ਚੋਈ ਸਾਹਿਬ ਨੇ ਕਾਲਮ ਪਾਈਪ ਲੈਣ ਨੇ 120 ਫੁੱਟ ਲਿਆ 12 ਪਾਈਪ ਲੈਣ ਨੇ 10 ਫੁੱਟ ਦੀ ਲੈਂਥ ਆ ਉਹ ਚੋਈ ਸਾਹਿਬ ਨੇ ਕਿਹਾ ਕਿ ਇੱਕੋ ਵਾਰੀ ਜਿਹੜਾ ਨਾ ਖਰਚਾ ਕਰਕੇ ਨਾ ਬਾਰ ਬਾਰ ਨਾਲੋ ਇੱਕੋ ਵਾਰੀ ਸਿਆਣੇ ਕਹਿੰਦੇ ਆ ਕਿ ਕਹਾਵਤ ਹੈਗੀ ਆ ਕਿ ਮਹਿੰਗਾ ਸਾਰਾ ਰਵੇ ਬਾਰ ਬਾਰ ਮਹਿੰਗਾ ਰਵੇ ਇੱਕੋ ਵਾਰ ਚੋਈ ਸਾਹਿਬ ਨੇ 18,59,000 ਰੁਪਇਆ ਚੋਈ ਸਾਹਿਬ ਦਾ ਬਿੱਲ ਬਣਿਆ ਚੋਈ ਸਾਹਿਬ ਨੇ 18,59,000 ਰੁਪਇਆ ਇੱਥੇ ਲੱਗੇਗਾ ਅਤੇ ਬਗੈਰ ਚੋਈ ਸਾਹਿਬ ਨੇ ਜਿਹੜੀ ਆਪਸ਼ਨ ਹੈਗੀ ਸੋਲਰ ਵਾਲੀ ਉਹ ਵੀ ਚੋਈ ਸਾਹਿਬ ਨੇ ਕਮਾਲ ਕਰ ਦਿੱਤੀ ਆ 60 ਪਲੇਟਾਂ ਲਾ ਕੇ
ਚੋਈ ਸਾਹਮਣੇ ਟਰਬਾਈਨ ਇੰਸਟਾਲੇਸ਼ਨ ਤੇ ਇੰਸਟਾਲ ਕਰਨੀ ਆ ਉੱਤੇ ਸੋਲਰ ਦੇ ਉੱਪਰ। ਸਹੀ ਹੈ, ਠੀਕ ਹੋ ਗਿਆ ਨਾ। ਅਤੇ ਜ਼ਿਆਦਾਤਰ ਜ਼ਿੰਮੇਦਾਰ ਕਹਿੰਦੇ ਨੇ ਅਸੀਂ 40 ਲਈਆਂ, ਕੋਈ 50 ਲਈਆਂ ਜਾਂ 52 ਪਲੇਟਾਂ ਲਾ ਕੇ ਨਾ 40 ਦੀ ਮੋਟਰ ਚਲਾਉਂਦੇ ਨੇ। ਚੋਈ ਸਾਹਮਣੇ ਸਭ ਤੋਂ ਅੱਛਾ ਫੈਸਲਾ ਇਹ ਕੀਤਾ ਕਿ 60 ਪਲੇਟਾਂ ਲਾ ਕੇ ਇਹਨੂੰ ਜੇ ਚਲਾਉਣਗੇ ਉਹਦਾ ਰਿਜ਼ਲਟ ਹਰ ਚੀਜ਼ ਬਿਹਤਰ ਹੋਊਗੀ, ਬਿਹਤਰ ਹੋਏਗੀ। ਵਾਪਰਾ ਕਹਿ ਲਓ ਚੋਈ ਸਾਹਮਣੇ ਰਿਜ਼ਲਟ ਵਾਪਰਾ ਜਿੰਨਾ ਲੈ ਲੈਣਾ ਸੋਲਰ ਦੇ ਉੱਪਰ। ਅੱਛਾ ਜੀ, ਸੋਲਰ ਦੇ ਉੱਤੇ ਤੁਸੀਂ ਕੀ ਰਿਕਮੈਂਡ ਕਰਦੇ ਹੋ ਵੀ ਬਿਹਤਰ ਜਿਹੜੀ ਟਰਬਾਈਨ ਆ ਕਿਹੜੀ ਪਰਫੋਰਮ ਕਰਦੀ ਉੱਤੇ, ਮੋਟਰ ਵਾਲੀ ਜਾਂ ਮਰਸੀਬਲ? ਜੇ ਤਾਂ ਸਮਰਸੀਬਲ ਹੋਵੇ ਨਾ ਉਹਦੀ ਕਿਆ ਬਾਤ ਆ, ਫਿਰ ਦੂਜੇ ਨੰਬਰ ਤੋਂ ਉੱਪਰ ਹੋਵੇ ਉਹ ਕਈ ਮੋਟਰਾਂ ਐਸੀਆਂ ਨੇ ਉੱਪਰ ਵਾਲੀਆਂ, ਹਰ ਮੋਟਰ ਨਹੀਂ ਚੱਲ ਸਕਦੀ ਸੋਲਰ ਦੇ ਉੱਪਰ, ਹਰ ਮੋਟਰ ਸੋਲਰ ਉੱਤੇ ਰਿਜ਼ਲਟ ਨਹੀਂ ਦੇ ਸਕਦੀ। ਅਤੇ ਜੇ ਸਮਰਸੀਬਲ ਹੈਗੀ ਉਹ ਕੋਮੈਕਸ ਹੈਗੀ, ਫਿਰ ਦੂਸਰੇ ਨੰਬਰ 'ਤੇ ਚਾਈਨਾ ਆ ਜਾਂਦਾ। ਅਤੇ ਜਿਹੜੀ ਹੈਗੀ ਉੱਪਰ ਮੋਟਰ ਵਾਲੀ ਉਹ ਹੈਗੀ ਆ, ਉਹ ਵੀ ਆਸਟ੍ਰੇਲੀਅਨ ਹੈਗੀ ਮੋਟਰਾਂ, ਜਿਹੜਾ ਰਿਜ਼ਲਟ ਅੱਛਾ ਹੁੰਦਾ ਸੋਲਰ ਦੇ ਉੱਪਰ, ਹੈ ਨਾ। ਅਤੇ ਸਾਡੇ ਕੋਲ ਮੋਟਰੋ ਮਰੋੜ ਦੇ ਬਾਰੇ ਕਸਟਮਰ ਹੈਗੇ ਨੇ, ਤਕਰੀਬਨ ਕਹਿ ਲਓ ਕਿ 400-500 ਮੋਟਰ ਅਸੀਂ ਇਸ ਸੀਜ਼ਨ ਵਿੱਚ ਮਰੋੜ ਦਿੱਤੀ ਆ ਸੋਲਰ ਦੇ ਉੱਪਰ। ਉੱਥੇ ਫਿਰ ਬਿਜਲੀ ਵਾਲਾ ਆਪਸ਼ਨ ਨਹੀਂ ਨਾ ਹੈਗਾ, ਚਲੋ ਆਪਣੇ ਦੇ ਬਿਜਲੀ ਵਾਲਾ ਆਪਸ਼ਨ ਹੈਗਾ ਵਾ, ਚੋਈ ਸਾਹਿਬ ਕੱਲ੍ਹ ਨੂੰ ਟ੍ਰਾਂਸਫਾਰਮ ਲਗਵਾ ਕੇ ਅਤੇ ਰਾਤ ਨੂੰ ਜ਼ਰੂਰਤ ਪੈਂਦੀ ਆ ਫਿਰ ਵਾਪਰਾ ਯੂਜ਼ ਕਰ ਸਕਦੇ ਆ ਉਹ। ਫਿਰ ਇਸ ਕਰਕੇ ਅਸੀਂ ਉੱਥੇ ਆਸਟ੍ਰੇਲੀਅਨ ਮੋਟਰ ਦਿੱਤੀਆਂ ਉੱਪਰ ਵਾਲੀਆਂ, ਸਹੀ ਹੈ, ਜਿਹਨੂੰ ਕਹਿੰਦੇ ਵਰਟੀਕਲ ਮੋਟਰ, ਉਹ ਅਸੀਂ ਦਿੱਤੀਆਂ। ਫਿਰ ਉਹ ਰਾਤ ਨੂੰ ਉਹ ਫਿਰ ਟਰੈਕਟਰ ਇਸਤੇਮਾਲ ਕਰਦੇ ਨਾਲ, ਸਹੀ ਹੈ, ਬਿਜਾਈ ਵਾਸਤੇ ਜਾਂ ਪਾਣੀ ਵਾਸਤੇ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ, ਕਿਉਂਕਿ ਰੇਤਲਾ ਇਲਾਕਾ ਆਪਣੇ ਨਾਲੋਂ ਪਾਣੀ ਦੀ ਖਪਤ ਉਸ ਇਲਾਕੇ 'ਚ ਜ਼ਿਆਦਾ ਵਾ। ਸਹੀ ਹੈ ਜੀ, ਹਾਂਜੀ। ਅੱਛਾ, ਤੁਸੀਂ ਆਮ ਤੌਰ 'ਤੇ ਜਿਹੜੀ ਮੋਟਰਾਂ ਲਾਉਂਦੇ ਹੋ, ਜਿਵੇਂ ਕਿ ਜ਼ਿਲ੍ਹਾ ਵਿਹਾੜੀ ਦੇ ਵਿੱਚ ਦੋਨੇ ਤਰ੍ਹਾਂ ਦੀਆਂ ਮੋਟਰਾਂ ਚੱਲਦੀਆਂ, ਤੁਸੀਂ ਕਿਹਨੂੰ ਕੀ ਰਿਕਮੈਂਡ ਕਰਦੇ ਹੋ ਵੀ ਮਰਸੀਬਲ ਜ਼ਿਆਦਾ ਤੁਸੀਂ ਬਿਹਤਰ ਸਮਝਦੇ ਹੋ ਜਾਂ ਮਾਰਕੀਟ 'ਚ ਦੂਸਰੀ ਜ਼ਿਆਦਾ ਲਗਾਉਂਦੇ ਹੋ? ਸੋਲਰ ਦੇ ਵਿੱਚ ਅੱਜ ਤੋਂ ਪਿੱਛੇ ਚੱਲੀਏ ਨਾ, ਇਸ ਸੀਜ਼ਨ ਤੋਂ ਪਿੱਛੇ ਚੱਲੀਏ ਤਾਂ ਅਸੀਂ ਨਾ ਦੂਸਰੀ ਮੋਟਰ ਅਸੀਂ ਬਹੁਤ ਸੇਲ ਕੀਤੀ ਆ। ਸਹੀ ਹੈ, ਅਲਹਮਦੁਲਿਲਾ ਕਿ ਸਾਡਾ ਰਿਕਾਰਡ ਆ ਵਿਆਹੀ ਦੇ ਵਿੱਚ, ਅਤੇ ਜਿੰਨੀ ਮੋਟਰ ਅਸੀਂ ਸੇਲ ਕੀਤੀ ਆ ਕਿਸੇ ਬੰਦੇ ਇੰਨੀ ਮੋਟਰ ਸੇਲ ਨਹੀਂ ਕੀਤੀ। ਦੂਸਰੇ ਨੰਬਰ 'ਤੇ ਸਭ ਤੋਂ ਵੱਡੀ ਇਹ ਗੱਲ ਆ, ਅਸੀਂ ਜਿਹੜੀ ਨਾ ਕੁਆਲਿਟੀ ਦੇ ਕੰਪਰੋਮਾਈਜ਼ ਨਹੀਂ ਕਰਦੇ। ਸਹੀ, ਠੀਕ ਹੋ ਕਹਿੰਦਾ, ਸਾਡਾ ਇੱਕ ਅਦਾਰਾ ਵਾ, 1966 ਦੀ ਸਾਡੀ ਦੁਕਾਨ ਆ, ਠੀਕ ਹੋ ਕਹਿੰਦਾ, ਸਾਡਾ ਜਿਹੜਾ ਅਦਾਰਾ ਵਾ, ਅਸੀਂ ਅਦਾਰੇ ਦਾ ਜਿਹੜੀ ਗੁੱਡ ਵੈਲ ਹੈ ਨਾ ਉਹ ਕੁਆਲਿਟੀ ਦੇ ਨਾਮ ਤੋਂ ਹੀ ਪਛਾਣੀ ਜਾਂਦੀ ਆ। ਤੁਸੀਂ ਕਿਸੇ ਨੂੰ ਇੱਥੇ ਕਹਿ ਦਿਓ ਕ੍ਰੀਸੈਂਟ 'ਤੇ, ਉਹ ਅੱਗੇ ਉਹ ਤੁਹਾਨੂੰ ਕੋਈ ਗੱਲ ਨਹੀਂ ਕਰਨਗੇ, ਬਸ ਇਹ ਕਹਾਂਗੇ ਕ੍ਰੀਸੈਂਟ 'ਤੇ ਜੋ ਕਹਿਤਾ ਉਹ ਅਥੈਂਟਿਕ ਗੱਲ ਆ, 100% ਅਥੈਂਟਿਕ ਹੋਏਗੀ ਗੱਲ। ਸਹੀ ਹੈ ਜੀ, ਆਪਣੇ ਕੋਲ ਟਰਬਾਈਨ ਬੋਰਿੰਗ ਦਾ ਕੰਮ ਹੈਗਾ ਅਤੇ ਸੋਲਰ ਦੇ ਸੋਲਰ ਲਗਾ ਵੀ ਰਹੇ ਹਾਂ, ਸੋਲਰ ਪੈਨਲ ਦੇ ਵੀ ਰਹੇ ਹਾਂ ਅਸੀਂ, ਠੀਕ ਹੋ ਗਿਆ। ਮੋਟਰ ਵੈਂਡਿੰਗ ਦਾ ਕੰਮ ਹੈਗਾ, ਇਹ ਟਰਬਾਈਨ ਦਾ ਕੰਮ ਹੈਗਾ, ਆਪਣੇ ਕੋਲ ਸਮਰਸੀਬਲ ਅਵੇਲੇਬਲ ਨੇ, ਵਰਟੀਕਲ ਮੋਟਰਾਂ ਅਵੇਲੇਬਲ ਨੇ। ਸਹੀ ਹੈ, ਅਤੇ ਉਸ ਤੋਂ ਬਾਅਦ ਚੱਕੀ ਵਾਸਤੇ ਮੋਟਰ ਆਪਣੇ ਕੋਲ ਅਵੇਲੇਬਲ ਨੇ, ਠੀਕ ਹੋ ਗਿਆ। ਟੂਬਲ ਵਾਸਤੇ ਮੋਨੋਬਲਾਕ ਹੁੰਦੇ ਨੇ, ਮੋਨੋਬਲਾਕ ਪੰਪ ਹੁੰਦੇ ਨੇ, ਉਹ ਅਵੇਲੇਬਲ ਨੇ। ਸਹੀ ਹੈ, ਹਾਂਜੀ, ਇਸ ਦੇ ਰਿਲੇਟਡ ਯਾਨੀ ਹਰ ਆਈਟਮ ਤੁਹਾਡੇ ਕੋਲ? ਹਰ ਆਈਟਮ ਆਪਣੇ ਕੋਲ ਅਵੇਲੇਬਲ ਹੈਗੀ ਆ। ਸਹੀ ਹੈ ਜੀ, ਫਲੋਰ ਮੋਟਰਾਂ ਲੱਗਦੀਆਂ ਚੱਕੀ ਦੇ ਉੱਪਰ ਲੱਗਦੀਆਂ, ਫਲੋਰ ਮੋਟਰਾਂ ਕਹਿੰਦੇ ਜਿਹੜੀ ਪੈਰ ਲੱਗੇ ਹੁੰਦੇ ਮੋਟਰ ਨੂੰ ਉੱਪਰ। ਸਹੀ ਹੈ, ਉਹਨੂੰ ਫਲੋਰ ਮੋਟਰਾਂ ਬੋਲਦੇ ਨੇ, ਉਹ ਵੀ ਆਪਣੇ ਕੋਲ 10 ਦੀ 15 ਦੀ 20 ਦੀ ਚੱਕੀ ਵਾਸਤੇ ਇਸਤੇਮਾਲ ਹੁੰਦੀ ਨੇ। ਅੱਜ ਕੱਲ੍ਹ ਚੱਕੀ ਸੋਲਰ 'ਤੇ ਬਹੁਤ ਲੱਗਦੀ ਪਈ ਆ, ਉਹਦੀ ਕਾਫੀ ਡਿਮਾਂਡ ਆ, ਠੀਕ ਹੋ ਗਿਆ ਨਾ। ਉਸ ਤੋਂ ਬਾਅਦ ਫਿਰ ਟੂਵਲ, ਅੱਜ ਕੱਲ੍ਹ 4 ਇੰਚ ਦਾ ਟਰਬਾਈਨ ਬਹੁਤ ਲੱਗਦੀ ਪਈ ਆ, ਜਿਹਦੇ ਕੋਲ 810 ਏਕੜ 12 ਏਕੜ ਰਕਬਾ ਹੈਗਾ ਵਾ, ਉਹ ਆਪਣੀ ਟਰਬਾਈਨ 4 ਇੰਚੀ ਲਗਵਾ ਰਿਹਾ ਸੋਲਰ ਦੇ ਉੱਪਰ। ਸਹੀ ਹੈ ਜੀ, ਹਾਂਜੀ। ਅੱਛਾ ਜੀ, ਆਪਣਾ ਕੋਈ ਨੰਬਰ ਸ਼ੇਅਰ ਕਰ ਦਿਓ ਇਸ ਕੰਮ ਦੇ ਰਿਲੇਟਡ, ਅਗਰ ਕੋਈ ਰਾਬਤਾ ਕਰਨਾ ਚਾਹੁੰਦੇ। ਹਾਂਜੀ, ਮੇਰਾ ਨੰਬਰ ਹੈਗਾ ਜੀ 0304-9933-104। ਉਸ ਤੋਂ ਬਾਅਦ ਮੇਰੇ ਭਾਈ ਨੇ ਹੁੰਦੇ ਵੱਡੇ ਦੁਕਾਨ ਦੇ ਉੱਪਰ, ਉਹਨਾਂ ਨੰਬਰ ਹੈਗਾ 0303-6666-5561। ਜੀ, ਠੀਕ ਹੋ ਗਿਆ ਜੀ, ਬਹੁਤ ਸ਼ੁਕਰੀਆ ਭਾਈ। ਬਾਕੀ ਦੋਸਤੋ, ਭਾਈ ਇਹਦੇ ਤੈਨੂੰ ਪਤਾ ਹੀ ਆ ਬਿੱਲਾਂ ਬੁੱਲਾਂ ਦੀ ਸੂਰਤ ਹਾਲ, ਇਕੱਠੇ ਭਰੀ ਭਰੀ ਜਾਂਦੇ ਆ, ਕਿੱਦਾਂ ਸੂਰਤ ਹਾਲ? ਬੜੀ ਬੁਰੀ ਸੂਰਤ ਹਾਲ ਹੋਈ, ਇਕੱਲੀ ਵਾਪਡਾ ਤਾਂ ਲੈ ਗਿਆ, ਬਹੁਤ ਟੈਕਸ, ਬਹੁਤ ਯੂਨਿਟ ਮਹਿੰਗਾ ਹੋ ਗਿਆ ਪਿਆ, ਜ਼ਿਮੀਦਾਰ ਦਾ ਬੁਰਾ ਹਾਲ ਹੈ ਪਿਆ। ਪਿਛਲੇ ਸਾਲਾਂ ਦੀ ਮੰਡੀ ਪਈ ਹੈ ਜ਼ਿਮੀਦਾਰਾਂ ਕੋਲ, ਕੀ ਰੋਲਾ ਹੈ, ਹਲਦੇ ਫੁਰਕਦੇ ਹੀ ਨਹੀਂ ਪਏ। ਅੱਛਾ, 55 ਰੁਪਏ ਤੋਂ ਲੱਗ ਕੇ ਤੇ ਜੀ 90 ਰੁਪਏ 94 ਰੁਪਏ ਤੱਕ ਯੂਨਿਟ ਆਇਆ ਵਾ, ਲੇਕਿਨ ਮਜਾਲ ਆ ਕਿਸੇ ਬੰਦੇ ਨੇ, ਕੋਈ ਕਿਸੇ ਇੱਕ ਬੰਦੇ ਨੇ ਕਿਸੇ ਦੂਸਰੇ ਜ਼ਿਮੀਦਾਰ ਨੂੰ ਕਾਲ ਕਰਕੇ ਸੀ ਵੀ ਕੀਤੀ ਹੋਵੇ, ਆਹ ਸਵਾਏ 2-4 ਬੰਦੇ ਰਸੀ ਰੋਂਦੇ ਫਿਰਦੇ ਆ, ਜਿਹਦੇ ਕੋਲ ਟੱਕਰ ਜਾਓ, ਜਿਹੜੇ ਟੱਕਰਦੇ ਨੇ ਉਸਦੇ ਪਿੱਟ ਸਿਆਪਾ ਪਾਉਂਦੇ ਨੇ, ਹਲਦੇ ਫੁਰਕਦੇ ਨਹੀਂ ਹੁੰਦੇ, ਹਲਦੇ ਫੁਰਕਦੇ ਨਹੀਂ, ਕੋਈ ਟਾਈਮ ਹੀ ਕੋਈ ਨਹੀਂ ਹੈ ਪਿਆ। ਹੁਣ ਮੈਂ ਅੱਲਾ ਦੇ ਤਾਪ ਇਹਤਜਾਜ ਦੀ ਕਾਲ ਦਿੱਤੀ, ਇੱਕ ਬੰਦਾ ਨਹੀਂ ਆਪਣੇ ਆਖੇ, ਨਹੀਂ ਕੋਈ ਨਹੀਂ ਆਇਆ, ਸਾਡੇ ਕੋਈ ਨਹੀਂ ਆਖਿਆ ਆਇਆ, ਆਪਣੇ ਸਾਡੇ ਆਖਣ ਤੇ ਇੱਕ ਬੰਦਾ ਨਹੀਂ ਜੀ ਆਇਆ ਇਹਤਜਾਜ ਵਾਸਤੇ, ਸਾਡੀ ਬਿਜਲੀ ਬੰਦ ਹੁੰਦੀ ਸੀਗੀ, ਸਿਰਫ ਉਹ ਬਿਜਲੀ ਆਨ ਕਰਾਉਣ ਕੋਈ ਬੰਦਾ ਨਹੀਂ ਆਇਆ। ਹਾਂ, ਮਸਰੂਫੀਅਤ ਇਤਨੀਆਂ ਬਈ, ਕੰਮ ਜਿਹੜਾ ਜ਼ਿਮੀਦਾਰ ਦਾ ਛੋਟਾ ਛੋਟਾ ਕੰਮ ਚੱਲਿਆ ਹੀ ਰਹਿੰਦਾ ਹੈ ਪਿਆ। ਬਾਕੀ ਭਾਈ ਬਿੱਲ ਦੀ ਸੂਰਤ ਹਾਲ ਖਰਾਬ ਹੈ, ਮਜ਼ੀਦ ਇਸ ਤੋਂ ਇਲਾਵਾ ਤੁਹਾਨੂੰ ਦੱਸਦੇ ਜਾਈਏ ਕਿ ਜਿਹੜੀ ਸਕੀਮ ਹੈ ਖਾਨ ਸਾਹਿਬ ਵਾਲੀ ਚੱਲ ਰਹੀ ਸੀ 5%, 4%, ਇਸ ਟਾਈਮ ਹੀ ਚੱਲ ਰਹੀ ਹੈ, ਉਹ ਸਕੀਮ ਇਸ ਟਾਈਮ ਵੀ ਚੱਲ ਰਹੀ ਆ, ਤੁਸੀਂ ਆਪਣੇ ਕਰੀਬੀ ਬੈਂਕ ਨੂੰ ਵਿਜ਼ਿਟ ਕਰਕੇ ਤੇ ਉੱਥੋਂ ਅਗਰ ਤੁਹਾਨੂੰ ਸੋਲਰ ਮਿਲਦਾ ਤੇ 4-5% ਵਾਲਾ ਤੁਸੀਂ ਲੈ ਲਓ ਤੇ ਬਿਹਤਰ ਹੈ ਮੇਰਾ ਖਿਆਲ। ਹਾਂ, ਕੁਛ ਨਾ ਕੁਛ ਬੱਚਤ ਪਾਲੇ ਪਾਸ ਜ਼ਿਮੀਦਾਰ ਟੁਰੇ। ਹਾਂ, ਥੋੜੀਆਂ ਪਲੇਟਾਂ ਤੇ ਵੀ ਕੁਛ ਯੂਨਿਟ ਘਟਾ ਲੈ, ਜ਼ਿਆਦਾ ਸਾਰਾ ਨਾ ਸੈਟਅਪ ਕਰ ਸਕੇ ਤਾਂ। ਹਾਂਜੀ, 30 ਪਲੇਟਾਂ
ਉਸਦੇ ਸਮਝੋ ਅੱਧ ਯੂਨਿਟ ਘਟ ਜਾਣਗੇ। ਹਾਂਜੀ ਬਈ ਸਾਹਿਬ 24 ਯੂਨਿਟ ਖਾਂਦੀ ਪਈ ਉਹ 12 ਤੇ ਆ ਜਾਂਦੀ, ਕੁਛ ਤਾਂ ਖਰਚਾ ਘਟੇ। ਹਾਂ ਕੁਛ ਅਗਲੀ ਫਸਲ ਤੇ ਉਹ 30 ਹੋਰ ਲਾ ਲਵੇ, ਕੁਛ ਨਾ ਕੁਛ ਖਰਚਾ ਤਾਂ ਘਟਾਇਆ ਜ਼ਿੰਮੇਦਾਰ। ਹਾਂ ਸਹੀ ਗੱਲ, ਇਸ ਤਰੀਕੇ ਕੋਈ ਜਿਹੜਾ ਜ਼ਿੰਮੇਦਾਰ ਜਿਹੜਾ ਨਾ ਉਹ ਕਰਦੇ ਪੈਣ, ਇਸ ਟਾਈਮ ਹੀ ਕਰਦੇ ਪੈਣ। ਜਿਹੜੇ ਜ਼ਿਆਦਾ ਫਰਦੇ ਲੋਕ ਹਨ ਜਾਂ ਜ਼ਿੰਮੇਦਾਰ ਹਨ ਉਹ ਤਾਂ ਮੁੜ ਸਾਰੀਆਂ ਪਲੇਟਾਂ ਸਾਟ ਤੇ ਪੈਣ ਤੇ ਲਾਈ ਜਾਂਦੇ ਨੇ ਪਏ। ਬਾਕੀ ਜੀ ਇਹ ਜਿਹੜਾ ਸੋਲਰ ਲੱਗਦਾ ਪਿਆ ਜਾਂ ਟਰਪੈਨ ਨਵੀਂ ਲੱਗਦੀ ਪਈ, ਇਹਦੇ ਦੇਖ ਕੇ ਇਹ ਕਿਸੇ ਨੇ ਜ਼ਿਹਨ ਨਹੀਂ ਬਣਾਉਣਾ ਵੀ ਸ਼ਾਇਦ ਇੱਥੇ ਬਹੁਤ ਜ਼ਿਆਦਾ ਹਰ ਬੰਦੇ ਜ਼ਿੰਮੇਦਾਰ ਕੋਈ ਇੰਨੇ ਪੈਸੇ ਆ। ਸਾਡੇ ਕੋਲ ਤਾਂ ਇੰਨੀ ਕੰਪੈਸਿਟੀ ਨਹੀਂ ਆ ਕਿ ਸਾਡੀਆਂ ਲੱਗੀਆਂ ਟਰਪੈਨਾਂ ਤੇ ਅਸੀਂ ਸੋਲਰ ਵੀ ਲਗਵਾ ਸਕੀਏ। ਇਹਨਾਂ ਇਹ ਜਿਹੜੇ ਲਗਵਾ ਰਹੇ ਨੇ ਚੋਲ ਸਾਹਿਬਾਨ, ਇਹਨਾਂ ਦੇ ਸਾਈਡ ਬਿਜ਼ਨਸ ਬਹੁਤ ਨੇ, ਇਹਨਾਂ ਕੋਲ ਆਪਣਾ ਉਹ ਸਾਈਡ ਬਿਜ਼ਨਸ ਤੋਂ ਪੈਸਾ ਸੀ, ਇਹਨਾਂ ਨੇ ਆਪਣਾ ਸੈਟਅਪ ਆਪਣਾ ਬਣਾ ਲਿਆ, ਆਪਣੀ ਬਚਤ ਮਜ਼ੀਦ। ਉਹ ਕਹਿੰਦੇ ਹੁੰਦੇ ਨਾ ਵੀ ਪੈਸੇ ਨੂੰ ਪੈਸਾ ਕਮਾਉਂਦਾ, ਉਹ ਹਿਸਾਬ ਹੈ ਜੋ ਸਭ ਜਿਹਦੇ ਕੋਲ ਹੈਗਾ ਜਿਹੜਾ ਪਿਛਲੇ ਸਾਲ ਵਾਲੇ ਬਿੱਲ ਨਾ ਭਰਨੇ ਪੈਂਦੇ ਤੇ ਦੋਆਂ ਦੇ ਵਿੱਚ ਆਪਾਂ ਮੈਂ ਤਾਂ ਸੋਲਰ ਲਵਾ ਲੈਣਾ। 20-22 ਲੱਖ ਰੁਪਏ ਸਾਲ ਦਾ ਬਿੱਲ ਹੌਲੋ ਨੂੰ ਭਰੀ ਰੱਖਿਆ ਨਾ ਇਸ ਪਾਸੇ ਨਹੀਂ ਆ ਸੇ, ਕਿਉਂਕਿ ਪਹਿਲੇ ਵਾਰਡ ਦੀ ਕੀਮਤ ਹੀ ਬੜੀ ਆਈ ਪਈ, ਕਿਤਨੀ 80-85 ਰੁਪਏ ਤਾਂ ਆਈ, 90 ਰੁਪਏ ਤੱਕ ਪਹਿਲੇ ਜਦੋਂ ਤੂੰ 6 ਪਲੇਟਾਂ ਲਈਆਂ ਪੰਜਾਹ 52 ਰੁਪਏ ਤੇ ਆ ਗਈ, 50 ਰੁਪਏ ਪਰ ਵਾਰਡ ਆ ਗਿਆ। ਹਾਂ ਹੁਣ ਰੇਟ ਹੀ ਬਈ ਥੋੜ੍ਹਾ ਜਿਹਾ ਬਹੁਤ ਥੱਲੇ ਆ ਗਿਆ। ਹਾਂਜੀ ਸਹੀ ਗੱਲ, ਕੁਛ ਪਿਛਲੇ ਫਸਲਾਂ ਦੇ ਹਾਲਾਤ ਵੀ ਨਹੀਂ ਠੀਕ ਆ ਨਾ, ਉਹ ਜ਼ਿੰਮੀਦਾਰਾਂ ਦੇ ਮੱਕੀਆਂ ਮੁੱਕੀਆਂ ਇਹ ਉਹ, ਸਹੀ ਗੱਲ, ਨਾ ਤਾਂ ਜ਼ਿੰਮੀਦਾਰ ਜ਼ਿਆਦਾ ਸੋਲਰ ਤੇ ਆ ਜਾਣੇ ਹਨ ਪੈ। ਚਲੋ ਅੱਲਾ ਖੈਰ ਕਰੇਗਾ।